ਸਤਿਕਾਰ ਜੀ, ਮੈਂ ਤੁਹਾਡਾ ਯੰਗ ਵੀਰ ਤੇ ਅੱਜ ਜਿਹੜੇ ਸਾਡੇ ਨਾਲ ਗੈਸਟ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਦੋਂ 9th ਕਲਾਸ ਸੀਗੇ ਉਦੋਂ ਐਜ਼ ਅ ਲਿਰਿਸਿਸਟ ਇਹਨਾਂ ਦਾ ਗਾਣਾ ਆ ਗਿਆ ਸੀਗਾ। ਉਸ ਤੋਂ ਬਾਅਦ ਇਹ ਚਲੇ ਗਏ ਕੈਨੇਡਾ, ਕੈਨੇਡਾ ਜਾ ਕੇ ਸਿੰਗਰ ਬਣ ਗਏ। ਸਿੰਗਰ ਬਣਨ ਤੋਂ ਬਾਅਦ ਇੰਨੇ ਗਾਣੇ ਆਏ, ਸੁਪਰ ਡੁਪਰ ਹਿੱਟ ਵੀ ਹੋਏ ਤੇ ਮਤਲਬ ਕਹਿਣ ਦਾ ਕਿ ਐਸਾ ਮਾਹੌਲ ਬਣ ਗਿਆ, ਐਸਾ ਸੈੱਟ ਹੋ ਗਿਆ ਸੀਨ, ਲੋਕ ਇਹਨਾਂ ਨੂੰ ਕਹਿਣ ਲੱਗ ਪਏ ਗੀਤਾਂ ਦੀ ਮਸ਼ੀਨ। ਸੋ ਪਲੀਜ਼ ਵੈਲਕਮ ਵਨ ਐਂਡ ਓਨਲੀ ਕਰਨ ਔਜਲਾ ਭਾਜੀ ਇਨ ਦਾ ਹਾਊਸ। ਭਾਜੀ ਵੈਲਕਮ ਆ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਕਿੰਨੇ ਕੁ ਬੰਦੇ ਐਸੇ ਆ ਦੇ ਫੋਨ ਤੁਹਾਨੂੰ ਆ ਚੁੱਕੇ ਆ ਕਿ ਕਰਨ ਜਦੋਂ ਬਹੁਤ ਜ਼ਿਆਦਾ ਬਿਜ਼ੀ ਸੀ ਉਦੋਂ ਤੂੰ ਟਾਈਮ ਨਹੀਂ ਦਿੱਤਾ, ਉਦੋਂ ਤੂੰ ਸਾਡੇ ਲਈ ਗਾਣਾ ਨਹੀਂ ਲਿਖਿਆ ਕੋਈ, ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਵਿਹਲਾ ਟਾਈਮ ਮਿਲਿਆ ਤਾਂ ਹੁਣ ਕਿਤੇ ਨਾ ਕਿਤੇ ਸਾਡਾ ਗਾਣਾ ਕੰਪਲੀਟ ਕਰਦੇ। ਇੰਨੇ ਕੁ ਏਦਾਂ ਦੇ ਫੋਨ ਤੁਹਾਨੂੰ ਕਿੰਨੇ ਕੁ ਆ ਚੁੱਕੇ ਆ? ਮੈਨੂੰ ਫੋਨ ਘੱਟ ਹੀ ਆਉਂਦੇ, ਜ਼ਿਆਦਾ ਫੋਨ ਆਪਣੇ ਮੇਰੇ ਵੱਡੇ ਭਰਾ ਸੰਦੀਪ ਵੀਰ ਨੂੰ ਆਉਂਦੇ ਆ, ਪਰ ਮੈਨੂੰ ਜਿਹਦਾ ਫੋਨ ਆਉਂਦਾ ਮੈਂ ਅਕਸਰ ਆਪਦਾ ਨੰਬਰ ਉਹੀ ਬੰਦੇ ਨੂੰ ਦਿੰਦਾ ਜਿਹਦਾ ਮੈਂ ਫੋਨ ਚੱਕ ਕੇ ਖੁਸ਼ ਹਾਂ, ਤੇ ਜਿਹੜੇ ਬੰਦੇ ਮੈਂ ਯੂਜਲੀ ਆਪਣਾ ਨੰਬਰ ਉਹ ਬੰਦੇ ਨੂੰ ਦਿੰਦੇ ਨੇ ਜਿਹਦਾ ਮੈਂ ਫੋਨ ਨਹੀਂ ਚੱਕਣਾ, ਕਿਉਂਕਿ ਆਪਾਂ ਨੂੰ ਲਾਰੇ ਲੱਪੇ ਵਾਲਾ ਹੈ ਨੀਗਾ, ਹਨਾ ਸਿਸਟਮ ਆਪਣਾ। ਸੋ ਆਪਾਂ ਉਹ ਬੰਦੇ ਨੂੰ ਨੰਬਰ ਹੀ ਦੇਈਦਾ ਬਾਈ ਜਿਹਦਾ ਫੋਨ ਨਹੀਂ ਚੱਕੀਦਾ। ਗੱਲ ਤੁਹਾਡੀ ਮਸ਼ਹੂਰ ਹੈ ਕਿ ਔਜਲਾ ਗੀਤਾਂ ਦੀ ਮਸ਼ੀਨ, ਪਰ ਮੈਨੂੰ ਇਹ ਦੱਸੋ ਕਿ ਕੁਕਿੰਗ ਦੇ ਵਿੱਚ ਕਿੰਨਾ ਕੁ ਇੰਟਰਸਟ ਆ, ਕੁਕਿੰਗ ਦੇ ਵਿੱਚ ਇਹ ਮਸ਼ੀਨ ਕਿੰਨੀ ਕੁ ਚੱਲਦੀ ਆ? ਬਾਈ ਕੁਕਿੰਗ ਦਾ ਹੱਥ ਆਪਣਾ ਢਿੱਲਾ ਹੀ ਆ ਥੋੜਾ ਜਿਹਾ, ਆਪਾਂ ਚਾਹ ਚੂ ਬਣਾ ਲਈ ਦੀ ਆ, ਚਾਹ ਦੇ ਸ਼ੌਂਕੀ ਵੀ ਆ, ਬਾਕੀ ਤਾਂ ਥੋੜਾ ਜਿਹਾ ਹੱਥ ਆਪਣਾ ਢਿੱਲਾ ਹੀ ਆ, ਪਰ ਸਿੱਖਾਂਗੇ ਜ਼ਰੂਰ ਜਦੋਂ ਕਿਤੇ ਮੌਕਾ ਮਿਲਿਆ। ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਪਾਉਂਦੇ ਹੋ, ਮਤਲਬ ਤੁਸੀਂ ਕਹਿ ਸਕਦੇ ਹੋ ਵੀ ਏਦਾਂ ਦੀ ਚਾਹ ਤੁਸੀਂ ਕਿਤੇ ਹੋਰ ਨਹੀਂ ਪੀਤੀ ਹੋਣੀ, ਕੋਈ ਇਨਗਰੀਡੀਐਂਟ ਸਪੈਸ਼ਲ ਪਾਉਂਦੇ ਤੁਸੀਂ ਚਾਹ ਚ? ਇਨਗਰੀਡੀਐਂਟ ਸਪੈਸ਼ਲ ਤਾਂ ਨਹੀਂ ਬਈ ਪਾਉਂਦਾ, ਪਰ ਮੈਨੂੰ ਮੇਰੇ ਯਾਰ ਵੀ ਲਈ ਕਹਿੰਦੇ ਮੈਂ ਗੁੜ ਵਾਲੀ ਚਾਹ ਬਹੁਤ ਘੈਂਟ ਬਣਾਉਣਾ, ਤੇ ਤੁਸੀਂ ਆਇਓ ਕਦੇ ਪਾਵਾਂਗੇ ਤੁਹਾਨੂੰ। ਕਿਹੜੀਆਂ ਦੋ ਤਿੰਨ ਚੀਜ਼ਾਂ ਐਸੀਆਂ ਜਦੋਂ ਸਟੂਡੀਓ ਦੇ ਵਿੱਚ ਤੁਸੀਂ ਹੁੰਦੇ ਹੋ ਤੁਹਾਡਾ ਮੂਡ ਨਾ ਬਣਦਾ ਹੋਵੇ ਗਾਣਾ ਲਿਖਣ ਦਾ, ਗਾਣਾ ਬਣਾਉਣ ਦਾ, ਤੇ ਕਿਹੜੀਆਂ ਦੋ ਤਿੰਨ ਚੀਜ਼ਾਂ ਐਸੀਆਂ ਜਿਹੜੀਆਂ ਤੁਸੀਂ ਕਰਦੇ ਹੋ? ਬਾਈ ਜੀ ਯੂਜਲੀ ਆਪਾਂ ਸਟੂਡੀਓ ਦੇ ਵਿੱਚ ਬਹਿ ਕੇ ਲਿਖਦੇ ਹਾਂ ਤੇ ਬਸ ਯਾਰਾਂ ਵੇਲੇ ਦੀ ਰਹਿ ਲਈਦੀ ਹੈ। ਕਈ ਦਿਨ ਏਦਾਂ ਦੇ ਵੀ ਗਏ ਆ ਵੀ ਗਾਣਾ ਲਿਖਣ ਬੈਠਿਆ ਤੇ ਸਵੇਰ ਦੇ 6 ਵਜ ਕੇ ਗਾਣਾ ਲਿਖਣੀ ਹੋਇਆ, ਪਰ ਕਈ ਦਿਨ ਏਦਾਂ ਦੇ ਵੀ ਗਏ ਵੀ ਸਵੇਰ ਦੇ 6 ਵਜ ਕੇ ਤੇ 12 ਗਾਣੇ ਲਿਖਤੇ। ਇਹ ਆਲਵੇਸ ਡਿਪੈਂਡਸ ਔਨ ਮੂਡ, ਹਨਾ ਵੀ ਕਿੱਦਾਂ ਦਾ ਵਾਈਬ ਆਉਣ ਵਾਲੇ ਤੁਸੀਂ ਸਰਚ ਕੀਤਾ ਹੋਇਆ। ਸੋ ਕੁਛ ਕਰਨਾ ਤਾਂ ਨਹੀਂ ਪੈਂਦਾ, ਬਸ ਟਰਾਈ ਕਰੀਦਾ ਵੀ ਵਧੀਆ ਲਿਖੀਏ, ਬਸ ਥਿੰਕਿੰਗ ਗੇਮ ਹੀ ਹੈ ਨਾ ਸਾਰੀ, ਜਿੰਨੇ ਵੀ ਮੇਰੇ ਭਰਾ ਗੀਤਕਾਰ ਹੈਗੇ ਨੇ ਸਾਰਿਆਂ ਨੂੰ ਪਤਾ ਹੀ ਆ, ਲਾਈਕ ਏਦਾਂ ਨੀ ਕਦੇ ਹੋਇਆ ਵੀ ਸਮੁੰਦਰ ਕੰਢੇ ਬਹਿ ਕੇ ਲਿਖਿਆ ਜਾਂ ਕੁਛ ਵੀ, ਬਸ ਸਟੂਡੀਓ ਚ ਬਹਿ ਕੇ ਲਿਖੀਦਾ ਬਾਈ। ਬਹੁਤ ਸਾਰੇ ਆਰਟਿਸਟ ਐਸੇ ਹੁੰਦੇ ਜਿਹਨਾਂ ਦੀ ਕੋਈ ਨਾ ਕੋਈ ਇੰਸਪੀਰੇਸ਼ਨ ਜ਼ਰੂਰ ਹੁੰਦੀ ਆ, ਤੁਸੀਂ ਕਿਹੜੇ ਬਾਹਰ ਦੇ ਐਸੇ ਆਰਟਿਸਟ ਆ, ਕਿਉਂਕਿ ਤੁਸੀਂ ਕੈਨੇਡਾ ਚੋਂ, ਕਿਹੜੇ ਐਸੇ ਆਰਟਿਸਟ ਆ ਜਿਨ੍ਹਾਂ ਤੋਂ ਤੁਸੀਂ ਬਹੁਤ ਇੰਸਪੀਰੇਸ਼ਨ ਲੈਂਦੇ ਹੋ ਯਾਰ ਇਹਨਾਂ ਦਾ ਕੰਮ ਬਹੁਤ ਘੈਂਟ ਆ ਐਜ਼ ਅ ਲਿਰਿਸਿਸਟ? ਬਿਲਕੁਲ ਬਾਈ ਜੀ, ਆਪਣਾ ਰਹਿਣੇ ਭਾਵੇਂ ਆਪਾਂ ਕੈਨੇਡਾ ਹੀ, ਪਰ ਜੰਪਲ ਮੈਂ ਪੰਜਾਬ ਚ ਹੀ ਗਿਆ ਵੀਰੇ, ਆਪਣੀ ਇੰਸਪੀਰੇਸ਼ਨ ਪੰਜਾਬ ਚ ਹੀ ਬੈਠੀ ਹੈ, ਜਿੰਨੀ ਬੈਠੀ ਹੈ। ਪਹਿਲੀ ਤਾਂ ਇੰਸਪੀਰੇਸ਼ਨ ਮੇਰੀ ਮੇਰੇ ਮਾਂ ਪਿਓ ਨੇ ਬਾਈ, ਉਹਨਾਂ ਨੂੰ ਸੋਚ ਕੇ ਆਪਾਂ ਲਿਖੀ ਦਾ, ਤੇ ਦੂਜੇ ਨੰਬਰ ਤੇ ਰਾਈਟਰ ਬਹੁਤ ਜ਼ਿਆਦਾ ਨੇ, ਜੇ ਮੈਂ ਗਿਣਾਉਣ ਲੱਗ ਜਾਵਾਂ ਤਾਂ ਆਪਣਾ ਟਾਈਮ ਘੱਟ ਰਹਿ ਜੂਗਾ, ਬਟ ਯੂਜਲੀ ਮੈਂ ਸੁਣਦਾ ਹੁੰਦਾ ਜਿੰਨੇ ਵੀ ਪੁਰਾਣੇ ਜਿਹੜੇ ਦੇਵੀ ਮਖਸੂਸ ਪੁਰੀ ਸਾਹਿਬ ਨੇ ਜਾਂ ਫਿਰ ਆਪਣੇ ਪਾਤਰ ਸਾਹਿਬ ਹੋ ਗਏ ਜਾਂ ਫਿਰ ਦੇਵ ਚਰੀਕੇ ਵਾਲਾ ਜੀ, ਸਾਰਿਆਂ ਨੂੰ ਸੁਣੀਦਾ ਬਈ, ਮੈਂ ਸਾਰਿਆਂ ਨੂੰ ਸੁਣਦਾ, ਕੁਛ ਇੱਦਾਂ ਨਹੀਂ ਹੈਗਾ ਵੀ ਮੈਂ ਉਹਨੂੰ ਸੁਣਦਾ ਇਕੱਲੇ ਨੂੰ ਜਾਂ ਉਹਨੂੰ, ਕਿਉਂਕਿ ਹਰੇਕ ਬੰਦੇ ਦੀ ਤੁਹਾਨੂੰ ਪਤਾ ਵੀ ਇੱਕ ਦਿਮਾਗ ਨਾਲ ਦੋ ਦਿਮਾਗ ਆਲਵੇਸ ਬੈਟਰ ਹੁੰਦਾ, ਸੋ ਆਪਾਂ ਹਰੇਕ ਬੰਦੇ ਨੂੰ ਸੁਣੀਦਾ ਜਿਹਦਾ ਕੰਮ ਵਧੀਆ, ਤੇ ਫਿਰ ਆਪਦੇ ਦਿਮਾਗ ਤੋਂ ਕੰਮ ਲਈਦਾ ਤੇ ਫਿਰ ਸਾਰਾ ਕੁਛ ਮਿਕਸ ਅਪ ਕਰਕੇ ਆਪਾਂ ਬਣਾ ਲਈਦਾ। ਬਾਕੀ ਇੱਕ ਦੋ ਰੈਪਰ ਹੈਗੇ ਇੱਥੇ, ਉਹਨਾਂ ਨੂੰ ਸੁਣੀਦਾ ਜ਼ਰੂਰ, ਦਾ ਗੇਮ ਹੈਗਾ ਜਾਂ ਫਿਰ ਹੋਰ ਵੀ ਕਈ ਰੈਪਰ ਨੇ, ਉਹਨਾਂ ਦਾ ਵੀ ਵਧੀਆ ਕੰਮ ਲੱਗਦਾ, ਜਿੰਨੀ ਕੁ ਅੰਗਰੇਜ਼ੀ ਸਮਝ ਆਉਂਦੀ ਉਹ ਆਪਾਂ ਪੰਜਾਬੀ 'ਚ ਬਣਾ ਕੇ ਛੱਡ ਦੇਈਦੀ ਆ ਬਾਈ। ਜਿੱਦਾਂ ਬਹੁਤ ਸਾਰੇ ਲੋਕ ਐਸੇ ਹੋਣੇ ਜਿਨ੍ਹਾਂ ਨਾਲ ਤੁਸੀਂ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਹੋ, ਕਿਹੜੇ ਦੋ ਤਿੰਨ ਐਸੇ ਆਰਟਿਸਟ ਆ ਜਿਨ੍ਹਾਂ ਨਾਲ ਤੁਸੀਂ ਇੰਟਰਨੈਸ਼ਨਲ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਹੋ? ਸੋਚ ਰਹੇ ਸੀ ਬਈ, ਅਸੀਂ ਵੀ ਸੋਚ ਰਹੇ ਸੀ ਇਹਦੇ ਬਾਰੇ ਵੀ ਕਾਫੀ ਕੁਝ, ਜਿੱਦਾਂ ਮੇਨ ਸਟ੍ਰੀਮ ਆਰਟਿਸਟ ਇੱਕ ਦੋ ਸੋਚ ਰਹੇ ਸੀ, ਮੈਂ ਚਾਹੁੰਦਾ ਵੀ ਇਨ ਫਿਊਚਰ 'ਚ ਆਪਣੇ ਜਿੰਨੇ ਭਰਾ ਨੇ ਜਿੰਨੇ ਮੈਨੂੰ ਸੁਣਦੇ ਨੇ ਉਹਨਾਂ ਦੇ ਲਈ ਮੇਨ ਸਟ੍ਰੀਮ ਆਰਟਿਸਟ ਕੋਈ ਲੈ ਕੇ ਆਈਏ ਆਪਾਂ। ਮੈਂ ਸੋਚਦਾ ਸੀ ਇੱਕ ਤਾਂ ਮੇਰਾ ਫੇਵਰੇਟ ਆਰਟਿਸਟ ਆ 50 ਸੈਂਟ, ਮੈਨੂੰ ਉੱਦਾਂ ਹੀ ਬਹੁਤ ਘੈਂਟ ਲੱਗਦਾ ਬਾਈ, ਉਹ ਕੁਛ ਵੀ ਉਹ ਮੂੰਹ ਤੇ ਕਹਿ ਦਿੰਦਾ ਹਨਾ, ਤੇ ਉੱਦਾਂ ਵੀ ਡਰੇਕ ਮੈਨੂੰ ਬਹੁਤ ਵਧੀਆ ਲੱਗਦਾ, ਕਿਉਂਕਿ ਉਹ ਹੈਗਾ ਵੀ ਕੈਨੇਡਾ ਦਾ, ਟੋਰਾਂਟੋ ਤੋਂ ਆ। ਟਰਾਈ ਕਰਾਂਗੇ ਜੇ ਰੱਬ ਨੇ ਚਾਹਿਆ ਜ਼ਰੂਰ, ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਲੈ ਕੇ ਆਵਾਂਗੇ ਬਾਈ ਪੰਜਾਬੀ ਵੀਡੀਓ ਦੇ ਵਿੱਚ, ਪੰਜਾਬੀ ਕਲਚਰ ਨੂੰ ਉੱਚਾ ਦਿਖਾਉਣ ਦੇ। ਹੁਣ ਮੈਂ ਤੁਹਾਨੂੰ ਕੁਇਕ ਪਿਕ ਦੇ ਵਿੱਚ ਕੀ ਆ ਕਿ ਆਪਸ਼ਨਸ ਆਉਂਗਾ, ਤੁਸੀਂ ਉਹਨਾਂ ਵਿੱਚੋਂ ਇੱਕ ਚੂਜ਼ ਕਰਨੀ ਆ, ਆਉਣ ਦੀ ਭਾਜੀ? ਹਾਂਜੀ ਹਾਂਜੀ। ਗਾਣਾ ਲਿਖਣ ਵੇਲੇ ਪ੍ਰੈਫਰੈਂਸ ਕਿਹਨੂੰ ਦਿੰਦੇ ਹੋ, ਡਾਇਰੀ ਨੂੰ ਜਾਂ ਫੋਨ ਤੇ? ਫੋਨ ਤੇ ਬਾਈ। ਅੱਜ ਤੱਕ ਜਿੰਨੇ ਵੀ ਹਿੱਟ ਗਾਣੇ ਲਿਖੇ ਭਾਜੀ ਫੋਨ ਤੇ ਲਿਖੇ ਆ? ਫੋਨ ਤੇ ਲਿਖਿਆ ਬਾਈ, ਜਿਹੜੇ ਡਾਇਰੀ 'ਚ ਨੇ ਉਹ ਡਾਇਰੀ 'ਚ ਪਏ ਆ। ਉਹ ਜਿਹੜੇ ਡਾਇਰੀ 'ਚ ਪਏ ਆ ਭਾਜੀ, ਉਹ ਕਦੋਂ ਆਉਣਗੇ ਮਾਰਕੀਟ 'ਚ? ਬਾਈ ਯਾਰ ਉਹ ਕਿਸੇ ਨੇ ਪਸੰਦ ਨਹੀਂ ਕੀਤੇ ਜਦੋਂ ਮੈਂ ਲਿਖਦਾ ਹੁੰਦਾ ਸੀ, ਉਹ ਬਹੁਤ ਛੋਟੇ ਹੁੰਦੇ ਨੇ ਲਿਖੇ ਹੋਏ ਨੇ, ਪਰ ਜਿਹੜੇ ਹੁਣ ਜ਼ਮਾਨਾ ਤੁਹਾਨੂੰ ਪਤਾ ਫੋਨਾਂ ਦਾ ਗਿਆ, ਸੋ ਜਦੋਂ ਨੇੜੇ ਹੁੰਦਾ ਜਾਂ ਦਿਮਾਗ 'ਚ ਕੋਈ ਖਿਆਲਾਤ ਆਉਂਦਾ ਤਾਂ ਕੋਲ ਫੋਨ ਹੀ ਹੁੰਦਾ ਬਾਈ, ਡਾਇਰੀ ਤਾਂ ਹੁੰਦੀ ਨਹੀਂ, ਸੋ ਫੋਨ 'ਤੇ ਲਿਖ ਲਈਦਾ ਆਪਾਂ। ਇਹਨਾਂ ਦਿਨਾਂ 'ਚ ਲੋਕਡਾਊਨ ਚੱਲ ਰਿਹਾ, ਘਰ ਦੇ
ਜਾਨੀ ਜਾਂ ਹੈਪੀ ਰਾਏ ਕੋਟੀ? ਓਹੋ ਭਈਆ ਸਵਾਲ ਤੂੰ ਕਹਿਣ ਪੁੱਛ ਲਿਆ, ਰਾਈਟਰ ਦੋਨੇ ਕਹਿਣ ਦੇ, ਪਰ ਮੈਂ ਜਿਹੜੇ ਬੰਦੇ ਨੂੰ ਪਹਿਲਾਂ ਮਿਲਿਆ ਪਰਸਨਲ ਤੌਰ ਤੇ ਹੈਪੀ ਰਾਏ ਕੋਟੀ ਵੀਰ ਇੱਥੇ ਸ਼ੋਅ ਲਾਉਣ ਆਇਆ ਸੀ, ਉਹ ਬਾਈ ਆਪਣੇ ਟਾਈਪ ਦਾ ਲਿਖਦਾ, ਜਾਨੀ ਵੀਰ ਦਾ ਆਪਦਾ ਸੋਨਰ ਆ, ਉਹ ਵੀ ਬਹੁਤ ਘੈਂਟ ਲਿਖਦਾ, ਉਹ ਵੀ ਬਾਈ ਇੱਥੇ ਮਿਲੇ ਸੀਗੇ, ਕੰਮ ਆਪਾਂ ਦੋਨਾਂ ਨਾਲ ਕਰਾਂਗੇ ਬਾਈ। ਟਿਕਟੋਕਸ ਦੇ ਵਿੱਚ ਕੀ ਆ ਕਿ ਤੁਸੀਂ ਦੱਸਣਾ ਕਿ ਆਹ ਚੀਜ਼ ਤੁਸੀਂ ਲੋਕਡਾਊਨ ਦੇ ਵਿੱਚ ਕੀਤੀ ਆ ਕਿ ਨਹੀਂ ਕੀਤੀ? ਓਕੇ ਜੀ। ਬੋਰ ਹੋ ਕੇ ਵਾਸੀਆਂ ਮਾਰੀਆਂ? ਬਹੁਤ ਬਾਈ ਬਹੁਤ, 100-150 ਵੱਜ ਜਾਂਦੀ ਆ ਅੱਧੇ ਪੌਣੇ ਘੰਟੇ ਚ। ਵੀਡੀਓ ਕਾਲਸ ਆਪਣੇ ਯਾਰਾਂ ਦੋਸਤਾਂ ਨੂੰ ਬਿਨਾਂ ਗੱਲਾਂ ਵੀ ਕੀਤੀਆਂ? ਫੁੱਲ ਬਾਈ ਜੀ, ਫੁੱਲ 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 ਐਵਰੀ ਡੇ। ਕੋਈ ਐਸਾ ਗਾਣਾ ਲਿਖਿਆ ਜਿਹੜਾ ਤੁਸੀਂ ਨਹੀਂ ਸੀ ਲਿਖਣਾ ਚਾਹੁੰਦੇ ਤਾਂ ਵੀ ਲਿਖਤਾ? ਚਲੋ ਕੋਈ ਗੱਲ ਨੀ, ਲੋਕਡਾਊਨ ਹੀ ਲਿਖ ਦੋ। ਹਾਂ ਬਾਈ ਜ਼ਰੂਰ ਲਿਖਿਆ, ਮੈਂ ਆਪਣੇ ਇੰਸਟਾਗ੍ਰਾਮ ਤੇ ਅਪਲੋਡ ਵੀ ਕੀਤਾ ਸੀ, ਪਰ ਅੱਜ ਕੱਲ੍ਹ ਤੁਹਾਨੂੰ ਪਤਾ ਪੋਜ਼ਿਟਿਵ ਗਾਣਿਆਂ ਦਾ ਰਿਸਪੌਂਸ ਥੋੜਾ ਘੱਟ ਮਿਲਦਾ, ਪਰ ਮੈਂ ਜ਼ਰੂਰ ਲਿਖਿਆ ਸੀਗਾ, ਮੈਂ ਲਿਖਣਾ ਹੈ ਨੀ ਸੀਗਾ ਪਰ ਮੈਂ ਲਿਖ ਕੇ ਪਾਤਾ ਸੀ ਇੰਸਟਾਗ੍ਰਾਮ ਤੇ। ਉੱਤਰੀ ਬਾਹਰ ਜਾਣ ਦੀ ਨਜਾਇਜ਼ ਕੋਸ਼ਿਸ਼ ਕੀਤੀ ਤੁਸੀਂ? ਕਿਉਂਕਿ ਹਰ ਬੰਦੇ ਦਾ ਦਿਲ ਤੇ ਕਰਦਾ ਸੀ ਨਾ ਮਾੜਾ ਜਿਹਾ ਬਾਹਰ ਜਾਈਏ। ਮੂੰਹ ਬੰਨ ਕੇ ਜਾਇਆ ਸੀ ਦੋ ਤਿੰਨ ਵਾਰੀ, ਪਰ ਹੁਣ ਸੋਚਿਆ ਵੀ ਕਾਹਨੂੰ ਅੰਦਰ ਰਹਿਣ ਚ ਭਲਾਈ ਹੈ। ਕੁਛ ਕਮੈਂਟਸ ਆਏ ਆ ਤੁਹਾਡੇ ਵਾਸਤੇ, ਉਹ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ। ਕਰਨ ਦੀ ਕਿਰਨ ਇਹ ਕਹਿ ਰਹੀ ਹੈ ਕਿ ਕਰਨ ਤੁਸੀਂ ਕਿਹਾ ਸੀ ਦੁੱਖ ਤਾਂ ਸੁਣਾ ਦੀ ਸਾਰੇ ਤੋੜ ਦੇਣੇ ਆ, ਮੈਂ ਤੁਹਾਨੂੰ ਆਪਣਾ ਦੁੱਖ ਸੁਣਾਉਣਾ ਚਾਹੁੰਦੀ ਹਾਂ, ਕਿੱਥੇ ਸੁਣਾਵਾਂ? ਕੋਈ ਚੱਕਰ ਨਹੀਂ ਜੀ, ਫੋਨ ਲਾ ਲਓ ਸੰਦੀਪ ਵੀਰ ਦਾ ਨੰਬਰ ਸਾਰੇ ਕਿਤੇ, ਉਹਨਾਂ ਨੂੰ ਸੁਣਾ ਦਿਓ, ਗਾਹ ਟ੍ਰਾਂਸਫਰ ਕਰ ਦੇਣਗੇ। ਲਿਰਿਸਿਸਟ ਜਾਨੂ ਇਹ ਪੁੱਛ ਰਿਹਾ ਕਿ ਕਰਨ ਵੀਰੇ ਗੀਤਾਂ ਦੀ ਮਸ਼ੀਨ ਬਣਨ ਲਈ ਕਿੰਨੇ ਕੁ ਗਾਣੇ ਲਿਖਣੇ ਪੈਂਦੇ ਆ ਐਜ਼ ਅ ਲਿਰਿਸਿਸਟ? ਬਾਈ ਮੈਨੂੰ ਤਾਂ ਕਾਫੀ ਚਿਰ ਹੋ ਗਿਆ ਹੁਣ, ਉਹ ਬਾਕੀ ਤੇਰੇ ਤੇ ਡਿਪੈਂਡ ਆ, ਮੈਂ ਤਾਂ 9ਵੀਂ ਕਲਾਸ ਦਾ ਲੱਗਣਾ ਅਜੇ, ਭਰਾ ਨੇ ਦੱਸਿਆ ਹੀ ਆ ਗਾਣੇ ਗਿਣੇ ਨਹੀਂ ਹੈਗੇ, ਸਾਲ ਕਈ ਲੱਗ ਜਾਂਦੇ ਆ ਬਾਈ, 10 ਸਾਲ ਲੱਗ ਗਏ। ਮੇਮਾਂ ਦਾ ਸ਼ੌਕੀਨ, ਮੇਮਾਂ ਦਾ ਸ਼ੌਕੀਨ ਪੁੱਛ ਰਿਹਾ ਕਿ ਕਰਨ ਕੈਨੇਡਾ ਚ ਰਹਿ ਕੇ ਮੇਮਾਂ ਵੱਲ ਤੁਹਾਡਾ ਕਿੰਨਾ ਕੁ ਖਿਆਲ ਜਾਂਦਾ? ਭਰਾ ਮੇਰਾ ਵਿਆਹ ਹੋਣ ਵਾਲਾ 2 ਸਾਲ ਨੂੰ, ਮੈਂ ਇਹ ਬਾਈ ਨੂੰ ਆਂਸਰ ਕੋਈ ਨੀ, ਕਦੇ ਮੇਮਾਂ ਦੇ ਸ਼ੌਕੀਨ ਨੂੰ ਦਵਾਂਗੇ ਆ ਕੇ ਇੰਡੀਆ ਚ, ਮੇਰਾ ਖਿਆਲ ਤਾਂ ਨਹੀਂ, ਪਰ ਜ਼ਿਆਦਾ ਜਾਣ ਨਹੀਂ ਦਿੰਦੀ ਹੈਗੀ ਅਗਲੀ ਜਿਹੜੀ ਬੈਠੀ ਹੈ ਵੀਰੇ। ਪਰ ਬਾਈ ਜਾਂਦੇ ਜਾਂਦੇ ਇੱਕ ਟਾਸਕ ਤੁਹਾਨੂੰ ਮੈਂ ਦੇਣਾ ਆ, 9X ਟਸ਼ਨ ਟਸ਼ਨ ਯਾਰਾਂ ਦਾ ਟੈਗ ਲਾਈਨ ਜਿਹੜੀ ਹੈਗੀ ਆ ਉਹ ਤੁਸੀਂ ਆਪਣੇ ਅੰਦਾਜ਼ ਚ ਗਾ ਕੇ ਸ਼ੋਅ ਦੀ ਐਂਡਿੰਗ ਕਰਨੀ ਆ, ਆਉਣਗੀ ਬਾਜੀ? 9X ਟਸ਼ਨ ਟਸ਼ਨ ਯਾਰਾਂ ਦਾ ਕਿਆ ਬਾਤ, ਥੈਂਕ ਯੂ ਸੋ ਮਚ ਬਾਜੀ, ਮਿਹਰਬਾਨੀ ਵੀਰੇ, ਸਾਰੇ ਜਾਣੇ ਸਟੇ ਸੇਫ, ਜਿੰਨੇ ਵੀ ਜਾਣੇ ਦੇਖ ਰਹੇ ਆ ਜਾਂ ਸੁਣ ਰਹੇ ਆ, ਖਿਆਲ ਰੱਖੋ ਆਪਣਾ ਤੇ ਆਪਣੀਆਂ ਫੈਮਲੀਆਂ ਦਾ, ਇੱਕ ਵਾਰੀ ਫੇਰ ਥੈਂਕ ਯੂ 9X ਟਸ਼ਨ ਬਾਜੀ।